ਤੇ ਫਿਲਹਾਲ ਕਾਂਗਰਸ ਨੇ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਰਨਾ ਹੈ, ਪਰ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਟਿਕਟਾਂ ਦੀਆਂ ਦਾਅਵੇਦਾਰੀਆਂ ਹੋ ਰਹੀਆਂ ਨੇ। ਇਸ ਬਾਬਤ ਸਾਡੇ ਸਹਿਯੋਗੀ ਗਗਨ ਬਹਿਲ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਨਾਲ ਖਾਸ ਗੱਲਬਾਤ ਕੀਤੀ। ਇਲੈਕਸ਼ਨ ਦੀ ਜਿਹੜਾ ਵਾ ਬਿਗੁਲ ਜਿਹੜਾ ਵੱਜ ਚੁੱਕਾ ਵਾ ਤੇ ਪੂਰੇ ਭਾਰਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਇਲੈਕਸ਼ਨ ਕੋਡ ਜਿਹੜਾ ਲੱਗ ਚੁੱਕਾ ਵਾ। ਇਸ ਵਕਤ ਅਸੀਂ ਅੱਜ ਗੱਲਬਾਤ ਕਰ ਰਹੇ ਆ ਕਪੂਰਥਲਾ ਦੇ, ਕਪੂਰਥਲਾ ਦੀ ਆਣ, ਕਪੂਰਥਲਾ ਦੀ ਸ਼ਾਨ ਰਾਣਾ ਗੁਰਜੀਤ ਸਿੰਘ ਜੀ ਜਿਹੜੇ ਕਾਂਗਰਸ ਤੋਂ ਮੌਜੂਦਾ ਜਿਹੜੇ MLA ਉਹਨਾਂ ਨਾਲ ਗੱਲਬਾਤ ਕਰਾਂਗੇ। ਕਰੀਏ ਇਲੈਕਸ਼ਨ ਕੋਡ ਜਿਹੜਾ ਵਾ ਉਹ ਲੱਗ ਚੁੱਕਾ ਵਾ ਤੇ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀ ਆ ਵੋਟਿੰਗ ਹੋ ਰਹੀ ਆ ਤੇ 3 ਤਰੀਕ ਨੂੰ ਜਿਹੜਾ ਰਿਜ਼ਲਟ ਆ ਰਿਹਾ। ਕਿਸ ਤਰ੍ਹਾਂ ਦੇਖ ਰਹੇ ਹੋ ਇਲੈਕਸ਼ਨ ਨੂੰ? ਬਈ ਪਹਿਲੀ ਗੱਲ ਤੇ ਕਿ ਸਾਡੇ ਨੋਰਮਲੀ ਮਿਡ ਮੇ ਦੇ ਵਿੱਚ 13, 14, 15, 16 ਇੱਥੇ ਇਲੈਕਸ਼ਨ ਹੁੰਦੀ ਸੀ। ਇਸ ਵਾਰ ਇਲੈਕਸ਼ਨ ਡਿਲੇ ਹੋਈ ਹੈ ਔਰ ਅਸੀਂ ਲਾਸਟ ਫੇਸ 'ਚ ਹੈ ਅਤੇ ਬੜਾ ਲੰਬਾ ਅਰਸਾ ਰਹੇਗਾ ਕੰਪੇਨ ਕਰਨ ਦਾ, ਕਿਉਂਕਿ ਕੰਪੇਨ ਲੋਕਾਂ ਨੇ ਮਨ ਬਣਾਏ ਹੁੰਦੇ ਆ ਔਰ ਕੈਂਡੀਡੇਟ ਦਾ ਖਰਚਾ ਬਹੁਤ ਵੱਧ ਜਾਂਦਾ ਜਿੰਨੇ ਦਿਨ ਫਾਲਤੂ ਹੁੰਦੇ ਆ। ਲੇਕਿਨ ਚਲੋ ਹੁਣ ਇਲੈਕਸ਼ਨ ਕਮਿਸ਼ਨ ਦਾ ਫੈਸਲਾ। ਕੀ ਕਾਰਨ ਕੀ ਮੰਨੀ ਹੈ? ਅੱਜ ਭੰਦੀਰ ਸਾਹਿਬ ਨੇ ਵੀ ਜਿਹੜੇ ਆ ਕਿਸਾਨ ਆਗੂ ਉਹਨਾਂ ਨੇ ਵੀ ਕਹਿ ਦਿੱਤਾ ਕਿ ਇੰਨੀ ਲੇਟ ਜਿਹੜੀ ਇਲੈਕਸ਼ਨ ਜਿਹੜੀ ਆ ਪੰਜਾਬ 'ਚ ਹੋ ਰਹੀ ਆ, ਕੀ ਇਹ ਪੰਜਾਬ ਦਾ ਜਿਹੜਾ ਵਾ ਮਾਹੌਲ ਖਰਾਬ ਹੋਣਾ ਕਰਨਾ ਚਾਹੁੰਦੇ ਕੀ ਹੈ? ਨਹੀਂ ਮਾਹੌਲ ਨਹੀਂ, ਮੈਂ ਤਾਂ ਤੋੜ ਫੋੜ ਕਹਾਂਗਾ, ਇਹ 'ਚ ਹੁਣ ਤੋੜ ਫੋੜ ਦੇ ਚਾਂਸਿਸ ਵੱਧ ਜਾਣਗੇ ਔਰ ਵੈਰੀ ਅਨਫੋਰਚੁਨੇਟ। ਲੇਕਿਨ ਚਲੋ ਹੁਣ ਟ੍ਰੈਂਡ ਆ ਇੱਧਰ ਉੱਧਰ ਜਾਣ ਦਾ, ਉੱਧਰ ਉੱਧਰ ਜਾਣ ਦਾ। ਚੱਬਾ ਸਾਹਿਬ ਦੀ ਆਪਾਂ ਗੱਲ ਕਰੀਏ, ਤੁਹਾਡੇ ਨਾਲ ਖਾਸ ਰਹੇ ਵੀ ਆ ਕਾਫੀ ਦੇਰ, ਤੇ ਉਹ ਕੀ ਕਾਰਨ ਕਿ ਇੱਕੋਦਮ ਛੱਡ ਕੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਆ ਸ਼ਾਮਿਲ ਹੋ ਚੁੱਕੇ? ਦੇਖੋ ਇਹ ਤਾਂ ਚੱਬੇਵਾਲ ਸਾਹਿਬ ਦੱਸ ਸਕਦੇ ਆ, ਜਿਹੜਾ ਸੱਜਣ ਨਾਲੋਂ ਚੱਲ ਜਾਵੇ ਉਹਦੇ ਬਾਰੇ ਮੈਂ ਮਾੜਾ ਨਹੀਂ ਬੋਲਦਾ, ਮੇਰੇ ਸਵਾਲ ਨਹੀਂ। ਉਹਨਾਂ ਨੇ ਕੋਈ ਸੋਚਿਆ ਹੋਊਗਾ ਗਏ ਜਾਂ ਮਜਬੂਰੀ ਰਹੀ ਹੋਊਗੀ ਕੋਈ, ਇਹ ਤਾਂ ਉਹੀ ਦੱਸ ਸਕਦੇ ਕਿਉਂ ਗਏ। ਕਿਤੇ ਇਹ ਕਾਰਨ ਤਾਂ ਨਹੀਂ ਕਿ ਹਜੇ ਤੱਕ ਕਾਂਗਰਸ ਦੀ ਜਿਹੜੀ ਆ ਉਹ ਲਿਸਟ ਵੀ ਜਿਹੜੀ ਆ ਜਾਰੀ ਨਹੀਂ ਹੋ ਸਕੀ, ਜਾਂ ਤਾਂ ਟਿਕਟਾਂ ਨੂੰ ਲੈ ਕੇ ਕੋਈ ਅੰਦਰੂਨੀ ਜਿਹੜੀਆਂ ਉਹ ਗੱਲਾਂ ਜੇ ਆਪਾਂ ਕਰੀਏ ਉਹ ਚੱਲ ਰਹੀਆਂ, ਇਸੇ ਕਰਕੇ ਜਿਹੜਾ ਵਾ ਪਾਰਟੀ ਛੱਡਣ ਦੇ ਜੇ ਕਈ ਜਿਹੜੇ ਲੀਡਰ ਆ ਪਾਰਟੀ ਛੱਡ ਰਹੇ? ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਆ, ਇਹ ਚਰਚਾ ਹੋਈ ਔਰ ਚੱਬੇਵਾਲ ਸਾਹਿਬ ਨੂੰ ਵੀ ਕਿਹਾ ਗਿਆ ਕਿ ਤੁਸੀਂ ਲੜੋ, ਬਟ ਸਮਾਓ ਦੀ ਅਦਰ ਉਹਨਾਂ ਨੇ ਜਿਹੜਾ ਫੈਸਲਾ ਲਿਆ ਇਹਦੇ ਬਾਰੇ ਉਹੀ ਦੱਸ ਸਕਦੇ ਆ। ਰਾਣਾ ਜੀ ਤੁਹਾਡਾ ਕੀ ਖਿਆਲ ਆ ਕਿ ਤੁਸੀਂ ਚੋਣ ਲੜੋਗੇ, ਟਿਕਟ ਮਿਲਦੀ ਹੈ? ਦੇਖੋ ਪਾਰਟੀ ਦੀ ਮਰਜ਼ੀ ਆ, ਜਵਾਬ ਆਪਾਂ ਦੇ ਨਹੀਂ ਸਕਦੇ ਔਰ ਅਗਰ ਕਿਸੇ ਨੂੰ ਵੀ ਟਿਕਟ ਦਿੰਦੇ ਆ ਤਾਂ ਟਿਕਾ ਕੇ ਠੋਕ ਕੇ ਉਹਦੀ ਮਦਦ ਕਰਾਂਗੇ ਔਰ ਜਿਤਾ ਕੇ ਸੁਲਤਾਨਪੁਰ ਔਰ ਕਪੂਰਥਲੇ ਤੋਂ ਭੇਜਾਂਗੇ। ਲੋਕ ਵੋਟ ਪਾਉਣਾ ਚਾਹੁੰਦੇ ਆ, ਅਸੀਂ ਯੂਨਾਈਟਿਡ ਫੇਸ ਨਾਲ ਤਕੜੇ ਹੋ ਕੇ ਲੜੀਏ ਤੇ ਸਾਡੀ ਜਿੱਤ ਹੋਏਗੀ। ਰਾਣਾ ਜੀ ਆਖਰੀ ਸਵਾਲ, ਜੇ ਤੁਸੀਂ ਹਾਈਕਮਾਂਡ ਨੂੰ ਕਹਿੰਦੇ ਹੋ ਕਿ ਟਿਕਟ ਮੈਂ ਲੈਣੀ ਆ ਤੇ ਜੇ ਆਪਾਂ ਗੱਲ ਕਰੀਏ ਕਿ ਕਿੱਥੇ ਦੀ ਟਿਕਟ ਲਉਂਗੇ, ਖਲੂਰ ਸਾਹਿਬ ਤੋਂ ਲਉਂਗੇ ਕਿੱਥੇ ਲਉਂਗੇ? ਕੋਈ ਗੱਲਾਂ ਪਰਦੇ 'ਚ ਵੀ ਰਹਿਣ ਦਿਓ। ਇਹ ਸੀਗੇ ਸਾਡੇ ਨਾਲ ਕਪੂਰਥਲਾ ਤੋਂ ਮੌਜੂਦਾ MLA ਰਾਣਾ ਗੁਰਜੀਤ ਸਿੰਘ, ਜਿਨ੍ਹਾਂ ਨੇ ਸਾਡੇ ਨਾਲ ਖਾਸ ਜਿਹੜੀ ਆ ਉਹ ਗੱਲਬਾਤ ਕੀਤੀ। ਕਪੂਰਥਲਾ ਤੋਂ ਕੈਮਰਾਮੈਨ ਰਜਿੰਦਰ ਰਾਜੂ ਦੇ ਨਾਲ ਗਗਨ ਪਹਿਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।